ਏਕਤਾ ਜਿੰਦਾਬਾਦ 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 ਤਿੰਨੋਂ ਫੌਜਦਾਰੀ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਤਿੰਨੋਂ ਫੌਜਦਾਰੀ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਬੁੱਧੀਜੀਵੀਆਂ ਤੇ ਪਰਚੇ ਪਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਜਮਹੂਰੀ ਜਥੇਬੰਦੀਆਂ ਦਾ ਏਕਤਾ ਜਿੰਦਾਬਾਦ 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 ਲੋਕ ਏਕਤਾ ਜਿੰਦਾਬਾਦ 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 ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਆਪਾਂ ਇਸ ਟਾਈਮ ਖੜ੍ਹੇ ਹਾਂ ਪਾਤੜਾ ਭਗਤ ਸਿੰਘ ਚੌਂਕ ਦੇ, ਜਿੱਥੇ ਕਿ ਅੱਜ 15 ਅਗਸਤ ਵਾਲੇ ਦਿਨ ਉਗਰਾਹਾਂ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਆਪਣਾ ਰੋਸ 15 ਅਗਸਤ ਨੂੰ ਉਹਨਾਂ ਨੇ ਜਿਤਾਇਆ ਏ, ਅਤੇ ਉਹ ਰੋਸ ਪ੍ਰਦਰਸ਼ਨ ਦੇ ਕੀ ਕਾਰਨ ਨੇ 15 ਅਗਸਤ ਵਾਲੇ ਦਿਨ? ਆਪਾਂ ਜੋ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਨੇ ਅਮਰੀਕ ਸਿੰਘ ਘੱਗਾ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ, ਕੀ ਆਪਣੇ ਜੋ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ 15 ਅਗਸਤ ਵਾਲੇ ਦਿਨ, ਅਤੇ ਕੀ ਕਾਰਨ ਨੇ ਉਹਦੇ? ਭਾਰਤੀ ਕਿਸਾਨ ਯੂਨੀ ਉਗਰਾਹਾਂ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਜੋ ਕਿ ਅੱਜ ਸਾਡਾ 15 ਅਗਸਤ ਦਾ ਦਿਹਾੜਾ ਆਜ਼ਾਦੀ ਦਾ, ਲੋਕ ਵੱਡੇ ਕੋਪਰੇਟ ਘਰਾਣੇ ਆਜ਼ਾਦੀ ਦੇ ਦਿਹਾੜੇ ਬਣਾ ਰਹੇ ਨੇ, ਪਰ ਉਗਰਾਹਾਂ ਜਥੇਬੰਦੀ ਅਤੇ 20 ਜਥੇਬੰਦੀਆਂ ਜਨਤਕ ਜਥੇਬੰਦੀਆਂ ਸਾਡੀਆਂ ਜਿਹੜਾ SDM ਹੈੱਡਕੁਆਟਰਾਂ ਦੇ ਉੱਤੇ ਧਰਨੇ ਲੱਗ ਰਹੇ ਨੇ, ਇਸ ਕਰਕੇ ਲੱਗ ਰਹੇ ਨੇ ਜਿਹੜਾ ਆਜ਼ਾਦੀ ਦਾ ਦਿਹਾੜਾ ਉਹਨੂੰ ਅਸੀਂ ਗੁਲਾਮੀ ਦੇ ਵਿੱਚ ਮੰਨ ਰਹੇ ਹਾਂ। ਕਿਉਂ? ਜਿੰਨੇ ਪੰਜਾਬ ਦੇ ਸੈਂਟਰ ਦੇ ਸਰਕਾਰੀ ਅਦਾਰੇ ਦੇ ਉਹ ਸਾਰੇ ਕੋਪਰੇਟਰ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਚੁੱਕੇ ਨੇ। ਕੋਈ ਸਮਾਂ ਦੀ MLA ਪੜ੍ਹਿਆ ਹੋਇਆ ਹੁੰਦਾ ਉਹਦੇ ਥੱਲੇ ਕੰਮ ਕਰਦੇ ਹੁੰਦੇ, ਅੱਜ MLA ਅਨਪੜ੍ਹ ਹੋਵੇ ਉਹਦੇ ਥੱਲੇ IPS ਅਫਸਰ, ਚਾਹੇ ਕੋਈ SDM ਹੋਵੇ, ਕੋਈ ਤਹਿਸੀਲਦਾਰ ਹੋਵੇ ਜਾਂ ਕੋਈ ਡਿਪਟੀ ਸਾਹਿਬ ਹੋਵੇ, ਉਹ ਉਹਨਾਂ ਨੂੰ ਚਲਾ ਰਿਹਾ, ਨਾ ਕਿ ਪ੍ਰਸ਼ਾਸਨ ਆਪਦੇ ਥਰੂ ਨਾਲ ਸਰਕਾਰ ਚਲਾ ਰਹੀ ਹੈ। ਇੱਕ ਅਨਪੜ੍ਹ MLA ਕਿਸੇ ਤੋਂ ਕਹਿ ਕੇ ਉਹਨਾਂ ਨੂੰ ਪਰਚਾ ਕਰਾ ਸਕਦਾ, ਕਿਸੇ ਦਾ ਉਹ ਕੋਈ ਵੀ ਨੁਕਸਾਨ ਕਰਾ ਸਕਦਾ। ਇਹਨੂੰ ਅਸੀਂ ਆਜ਼ਾਦੀ ਨਹੀਂ ਕਹਿੰਦੇ, ਇਹਨੂੰ ਅਸੀਂ ਗੁਲਾਮੀ ਕਹਿੰਦੇ ਹਾਂ। ਇੱਕ MLA ਦੇ ਗੁਲਾਮ ਹੋ ਕੇ ਅਫਸਰ ਉਸ ਤਹਿਸੀਲ ਦੇ ਵਿੱਚ ਕਰੋੜਾਂ ਲੋਕਾਂ ਦੀ ਖਿਲਵਾੜ ਕਰ ਰਹੇ ਨੇ, ਇਹ ਕੋਈ ਆਜ਼ਾਦੀ ਦਾ ਦਿਹਾੜਾ ਨਹੀਂ ਹੈ, ਇਹ ਗੁਲਾਮੀ ਹੈ ਬਿਲਕੁਲ। ਅਸੀਂ ਲੋਕਾਂ ਕੋਲ ਅਪੀਲ ਕਰਦੇ ਹਾਂ ਵੀ ਲੋਕੋ, ਕਿਸਾਨੋ, ਮਜ਼ਦੂਰੋ, ਇਹ ਕਿਸੇ ਵਰਗ ਦਾ ਕੰਮ ਨਹੀਂ, ਕਿਸੇ ਜਾਤ ਦਾ ਕੰਮ ਨਹੀਂ। ਜਾਤ ਧਰਮ ਇਹਦੇ ਵਿੱਚ ਹਰ ਇੱਕ ਆਉਂਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਸਭ ਨੂੰ ਕਹਿੰਦੇ ਹਾਂ ਵੀ ਇਕੱਠੇ ਹੋ ਕੇ ਇਹਦੀ ਲੜਾਈ ਲੜੀਏ, ਤਾਂ ਕਿ ਇਹ ਜਿਹੜੇ ਕਾਨੂੰਨ ਲਿਆਉਂਦੇ ਨੇ ਇਹਨਾਂ ਨੂੰ ਵਾਪਸ ਕਰਾ ਚੁੱਕੀਏ, ਤਾਂ ਤੁਸੀਂ ਸਰਕਾਰੀ ਅਦਾਰੇ ਸਰਕਾਰ ਦੇ ਹੱਥਾਂ ਦੇ ਵਿੱਚ ਆਉਣ, ਤਾਂ ਕਿ ਲੋਕਾਂ ਨੂੰ ਇਸ 5-5 ਰੁਪਈਆਂ ਦੀ ਪਰਚੀ ਦੇ 50-50 ਹਜ਼ਾਰ ਦਾ ਫਾਇਦਾ ਹੋਵੇ, ਤਾਂ ਸਾਡੀ ਕਿਸਾਨੀ ਮਜ਼ਦੂਰੀ ਤਾਂ ਇਹ ਬਚ ਸਕਦੀ ਹੈ। ਹੋਰ ਗੱਲ ਹੈ ਪ੍ਰਧਾਨ ਜੀ, ਜੋ ਸਰਕਾਰਾਂ ਨੇ ਨਵੇਂ ਕਾਨੂੰਨ ਬਣਾਏ ਨੇ ਨਸ਼ਿਆਂ ਉੱਤੇ ਬਣਾਏ ਨੇ, ਹੋਰ ਵੀ ਕਾਨੂੰਨ ਬਣਾਏ ਨੇ, ਤਾਂ ਉੱਤੇ ਤੁਸੀਂ ਕੀ ਟਿੱਪਣੀ ਦਿਓਗੇ ਆਪਣੀ? ਨਸ਼ਿਆਂ ਦੇ ਉੱਤੇ ਕਾਨੂੰਨ ਜਾਂ ਫੌਜਦਾਰੀ ਕਾਨੂੰਨ, ਇਹ ਕੋਪਰੇਟ ਘਰਾਣੇ ਜਿੰਨੇ ਪੰਜਾਬ ਦੇ ਵਿੱਚ ਲੜਾਕੂ ਜਥੇਬੰਦੀਆਂ ਨੇ ਉਹਨਾਂ ਕਰਕੇ ਬਣਾਏ ਨੇ, ਵੀ ਜਥੇਬੰਦੀਆਂ ਦੇ ਕਿਸਾਨ ਮਜ਼ਦੂਰ ਜਿਹੜੇ ਲੜਾਕੂ ਨੇ ਉਹਨਾਂ ਨੂੰ ਕਿਸੇ ਵੀ ਬਹਾਨੇ ਦੇ ਵਿੱਚ ਚੱਕ ਚੱਕ ਜੇਲ੍ਹਾਂ ਦੇ ਵਿੱਚ ਮਾਰੀਏ, ਜੇਲ੍ਹਾਂ ਦੇ ਵਿੱਚ ਮਾਰ ਕੇ, ਕਿਉਂਕਿ ਪੰਜਾਬ ਦੇ ਵਿੱਚ ਕੋਈ ਧਰਨਾ ਨਾ ਲੱਗ ਸਕੇ, ਧਰਨੇ ਦਾ ਕੋਈ ਮੁਜ਼ਾਹਰਾ ਨਾ ਕਰ ਸਕੇ, ਸਰਕਾਰ ਨੂੰ ਕੋਈ ਹਿਲਾ ਨਾ ਸਕੇ, MLA ਦੇ ਖਿਲਾਫ ਕੋਈ ਬੋਲ ਨਾ ਸਕੇ। ਉਹ ਕਾਨੂੰਨ ਉਹਨਾਂ ਵਾਸਤੇ ਬਣਾਏ ਨੇ, ਤਾਂ ਕਿ ਸਰਕਾਰ ਨੇ ਇਹ ਸੋਚਿਆ ਵੀ ਇਸ ਮੁਲਕ ਨੂੰ ਦਬਾ ਕੇ ਰੱਖਿਆ ਜਾ ਸਕੇ, ਤਾਂ ਕਿ ਕੋਈ ਬੋਲ ਨਾ ਸਕੇ। ਕਿਸਾਨਾਂ ਦੇ ਉੱਤੇ ਵੱਡੀ
ਪੱਧਰ ਹੈ ਜਿਹੜਾ ਇਹ ਨੁਕਸਾਨ ਹੈ, ਇਹ ਨਹੀਂ ਹੈ ਵੀ ਇਕੱਲੀ ਜਾਤ ਦੇ ਜਾਂ ਧਰਮ ਦੇ, ਇਹ ਸਾਰਿਆਂ ਦੇ ਉੱਤੇ ਕਾਨੂੰਨ ਨੇ ਜਿਹੜੇ ਫੌਜਦਾਰੀ ਨੇ, ਰੇਹੜੀ ਵਾਲੇ ਦੇ, ਫੜੀ ਵਾਲੇ ਦੇ, ਦੁਕਾਨਦਾਰੀ ਦੇ, ਜਾਤ ਧਰਮ ਨਾਲ ਮਤਲਬ ਨਹੀਂ। ਇਹ ਲੋਕ ਜੇ ਲੜਨਗੇ, ਜਿਵੇਂ 444 ਧਾਰਾ ਲੋਕਾਂ ਨੇ ਤੋੜੀ ਹੈ, ਇਸ ਤਰ੍ਹਾਂ ਕਾਨੂੰਨ ਵੀ ਟੁੱਟਣਗੇ ਪਰ ਲੋਕਾਂ ਦੇ ਇਕੱਠਾਂ ਦੇ ਨਾਲ ਟੁੱਟਣਗੇ। ਆਪਣੇ ਵਿੱਚ ਹੋਰ ਵੀ ਪ੍ਰਧਾਨ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਰੋਸ ਕੀਤਾ ਹੈ ਕਿ ਅੱਜ ਇਸ 15 ਅਗਸਤ ਨੂੰ ਕਾਲਾ ਦਿਨ ਵੀ ਕਿਹਾ ਜਾ ਰਿਹਾ ਹੈ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਜੀ ਆਪਣਾ। ਮੇਰਾ ਨਾਮ ਜਸਵਿੰਦਰ ਸਿੰਘ ਬਰਾਸ, ਜ਼ਿਲ੍ਹਾ ਪ੍ਰਧਾਨ ਬੀਕੇ ਜੋ ਏਕਤਾ ਗ੍ਰਾਮ ਪਟਿਆਲਾ। ਤੁਸੀਂ ਹੁਣੇ ਵੇਰਵਾ ਪਾ ਖੇਡੇ ਸੀ ਵੀ ਅਸੀਂ 15 ਅਗਸਤ ਨੂੰ ਕਾਲਾ ਦਿਨ ਵੀ ਕਹਿ ਰਹੇ ਹਾਂ, ਆਪਣਾ ਰੋਸ ਪ੍ਰਦਰਸ਼ਨ ਤੁਸੀਂ ਦਿਖਾਇਆ, ਇਹਦੇ ਬਾਰੇ ਤੁਸੀਂ ਕੀ ਕਹੋਗੇ ਸਰਕਾਰਾਂ ਨੂੰ? ਅਸੀਂ ਇਹ ਗੱਲ ਨੂੰ ਐਂ ਦੇਖਦੇ ਹਾਂ ਵੀ ਜਿਹੜੀ ਇੱਥੋਂ ਦੀ ਸਰਕਾਰ ਹੈ, ਜਦੋਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ, ਠੀਕ ਹੈ, ਸਾਡੇ ਜਿਹੜੇ ਹਾਕਮ ਨੇ ਇਹ ਮੰਨਦੇ ਨੇ ਵੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ, ਅਸੀਂ ਉਸ ਗੱਲ ਨੂੰ ਐਂ ਦੇਖਦੇ ਹਾਂ ਵੀ ਇਹ ਸੱਤਾ ਪਰਿਵਰਤਨ ਹੋਇਆ। ਮੰਨ ਲਓ ਗੋਰੀ ਚਮੜੀ ਵਾਲਿਆਂ ਨੇ ਜਿਹੜਾ ਪ੍ਰਬੰਧ ਹੈ ਉਹ ਕਾਲੀ ਚਮੜੀ ਵਾਲਿਆਂ ਦੇ ਹੱਥ ਦੇ ਵਿੱਚ ਸੰਭਾਤਾ, ਅਸਲ ਦੇ ਵਿੱਚ ਉਹ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਾਲੀਆਂ, ਜਿਹੜੀਆਂ ਸਾਡੀਆਂ ਸਰਕਾਰਾਂ ਅੱਜ ਨੇ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੀਆਂ ਨੀਤੀਆਂ ਪੋਲਸੀਆਂ ਬਣਾਉਂਦੀਆਂ ਨੇ ਅਤੇ ਕਿਰਤੀ ਲੋਕਾਂ ਨੂੰ ਲੁੱਟਦੀਆਂ ਨੇ, ਅਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਇਸ ਤਰ੍ਹਾਂ ਦੇ ਕਾਨੂੰਨ ਬਣਾਉਂਦੇ ਨੇ ਜਿਹੜਾ ਸਾਡੇ ਕਿਰਤੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਿਆ ਜਾਵੇ, ਉਹ ਬੋਲ ਨਾ ਸਕਣ, ਇੱਥੋਂ ਦੇ ਬੁੱਧੀਜੀਵੀ ਲਿਖ ਨਾ ਸਕਣ, ਸਿਹਤ ਕਾਰਨ ਆਪਦਾ ਕੰਮ ਕਰ ਸਕਣ, ਇਹਨਾਂ ਵਾਸਤੇ ਇਹ ਜਿਹੜੇ ਕਾਨੂੰਨ ਨੇ ਇਹ ਇਹਨਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ ਵੀ ਇਹ ਕਾਲੇ ਕਾਨੂੰਨ ਸਾਡੇ ਦੇਸ਼ ਦੇ ਹਰੇਕ ਕਿਰਤੀ ਲੋਕ ਵਾਸਤੇ। ਹੁਣ ਜੇ ਪਿੰਡਾਂ ਦੇ ਵਿੱਚ ਘੜਮ ਚੌਧਰੀ ਨੇ ਪੈਸੇ ਵਾਲਾ ਬੰਦਾ, ਉਹ ਕਿਸੇ ਮਾੜੇ ਬੰਦੇ ਨਾਲ ਕੋਈ ਧੱਕਾ ਜ਼ਬਰਦਸਤੀ ਕਰਨੀ ਚਾਹੁੰਦਾ, ਉਹ ਪੈਸੇ ਦੇ ਜ਼ੋਰ 'ਤੇ ਉਹ SI ਅਧਿਕਾਰੀ ਨੂੰ ਪੈਸੇ ਦੇ ਕੇ ਕੁਛ ਮਰਜ਼ੀ ਕਰਾ ਸਕਦਾ, ਕਿਉਂਕਿ ਉਹਦੀ ਪਾਵਰ ਹੈ, ਉਹ ਕੁਛ ਮਰਜ਼ੀ ਕਰ ਸਕਦਾ। ਉਹ ਪਿੰਡਾਂ ਦੇ ਵਿੱਚ ਇਹ ਵਰਤਾਰਾ ਹੀ ਵਾਪਰਨਾ ਵੀ ਭੋਲੇ ਭਾਲੇ ਲੋਕਾਂ ਦੇ ਨਾਲ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਨੇ ਆਪਦੀਆਂ ਬੈਂਸਾਂ ਵੀ ਕੱਢੀਆਂ ਨੇ, ਇਹਨਾਂ ਨੂੰ ਅਸੀਂ ਇਸ ਕਰਕੇ ਕਾਲੇ ਕਾਨੂੰਨ ਕਹਿੰਦੇ ਹਾਂ। ਅਤੇ ਸਾਡੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਉੱਪਰ ਇਹਦਾ ਕਈ ਤਰ੍ਹਾਂ ਦਾ ਜਿਹੜਾ ਕਹਾੜਾ ਹੈ ਉਹ ਵੀ ਲਾਗੂ ਹੋਣਾ ਹੈ ਕਾਨੂੰਨਾਂ ਦੇ ਤਹਿਤ, ਕਿਉਂਕਿ ਪੁਲਿਸ ਨੇ ਆਪਦੀ ਮਨਮਰਜ਼ੀ ਦੇ ਸਾਡੇ 'ਤੇ ਝੂਠੇ ਪਰਚੇ ਪਾਉਣੇ ਨੇ। ਜੇ ਅਸੀਂ ਸੜਕ 'ਤੇ ਬਹਿੰਦੇ ਹਾਂ, ਥਾਣੇ ਦੇ ਵਿੱਚ ਬਹਿੰਦੇ ਹਾਂ, ਇਹ ਕਾਨੂੰਨ ਆਏ ਕਹਿੰਦੇ ਨੇ ਜੇ ਥਾਣੇ ਦੇ ਵਿੱਚ ਬਹਿ ਸਾਡੇ ਨਾਲ ਧੱਕਾ ਹੋ ਰਿਹਾ, ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ, ਅਸੀਂ ਥਾਣੇ ਦੇ ਵਿੱਚ ਭੁੱਖ ਹੜਤਾਲ ਕਰਦੇ ਹਾਂ, ਤਾਂ ਉਹ ਭੁੱਖ ਹੜਤਾਲ ਕਰਨ ਦਾ ਵੀ ਸਾਡੇ 'ਤੇ ਝੂਠਾ ਪਰਚਾ ਦਰਜ ਕਰ ਸਕਦਾ ਪ੍ਰਸ਼ਾਸਨ। ਉਹ ਕਹਿੰਦੇ ਜੇ ਤੁਸੀਂ ਭੁੱਖ ਹੜਤਾਲ ਕਰਨੀ ਆ ਘਰ ਦੇ ਵਿੱਚ ਕਰ ਸਕਦੇ ਹੋ, ਥਾਣੇ ਦੇ ਵਿੱਚ ਨਹੀਂ ਕਰ ਸਕਦੇ, ਇੰਨੇ ਕਾ ਦੇ ਕਾਨੂੰਨ ਨੇ ਇਹ। ਇਹ ਮੰਨ ਲਓ ਸਾਨੂੰ ਆਪਦਾ ਪ੍ਰੋਟੈਸਟ ਕਰਨ ਤੋਂ ਵੀ ਰੋਕਦੇ ਨੇ, ਇਸ ਕਰਕੇ ਇਹਨਾਂ ਕਾਨੂੰਨ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਹਾਂ। ਹਾਂ, ਇਸੇ ਤਰ੍ਹਾਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਘੱਗਾ ਨਾਲ, ਜਿਨ੍ਹਾਂ ਨੇ ਆਪਣਾ 15 ਅਗਸਤ ਵਾਲੇ ਦਿਨ ਆਜ਼ਾਦੀ ਦਾ ਦਿਵਸ ਨਾ ਮਨਾਉਂਦੇ ਹੋਏ ਇਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਕਿ ਸਾਡੇ ਲਈ ਅੱਜ ਇਹ ਕਾਲਾ ਦਿਨ ਹੈ। ਵੀ ਲੋਕ ਦਾ ਕਿਹਾ ਜਾਂਦਾ 15 ਅਗਸਤ ਵਾਲੇ ਦਿਨ ਆਜ਼ਾਦੀ ਦਾ ਦਿਹਾੜਾ ਜੋ ਮਨਾਇਆ ਗਿਆ ਸੀ, ਆਪਣਾ ਭਾਰਤ ਆਜ਼ਾਦ ਹੋਇਆ ਸੀ, ਇਹਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਅਗਰਾਂ ਜਿੱਥੇ ਬੰਦੇ ਕਿ ਸਾਨੂੰ ਨਹੀਂ ਲੱਗਦਾ ਕਿ ਸਾਡਾ ਦੇਸ਼ ਹੁਣ ਤੱਕ ਆਜ਼ਾਦ ਹੋਇਆ ਹੈ।